ਸਤਿ ਸ਼੍ਰੀ ਅਕਾਲ ਦੋਸਤ। ਮੇਰੇ ਨਾਲ ਕਹਿੰਦੇ ਬਹੁਤ ਭਰਾਵਾਂ ਦੇ ਕਮੈਂਟ ਆਏ ਪੁਰਾਣੀ ਵੀਡੀਓ 'ਚ, ਅਤੇ ਬਹੁਤ ਨੇ ਇੰਸਟਾਗ੍ਰਾਮ 'ਤੇ ਵੀ ਮੈਸੇਜ ਕੀਤਾ ਆ ਕਿ ਮੈਂ ਗੱਲ ਕੀਤੀ ਸੀਗੀ 8 ਲੱਖ ਦੇ ਨਾਲ ਬੇਵਕੂਫੀ ਹੋਊਗੀ ਜਾਂ 50 ਲੱਖ ਦੇ ਨਾਲ ਬੇਵਕੂਫੀ ਹੋਊਗੀ, ਕਿਉਂਕਿ ਬਹੁਤ ਹੁਣ ਏਜੰਟ ਹੈਗੇ ਜਿਹੜੇ 6 ਲੱਖ 7 ਲੱਖ ਵਿੱਚ ਵੀ ਕੰਮ ਤੁਹਾਡਾ ਬਣਾ ਦੇਣਗੇ, ਅਤੇ ਜਿਹੜੇ ਐਡਵਾਂਸ ਪੈਸੇ ਥੋੜ੍ਹੇ ਘੱਟ ਦੇਣੇ ਚਾਹੀਦੇ ਨੇ। ਤੋਂ ਮੇਰਾ ਬੈਕਗਰਾਉਂਡ ਨਾ ਦੇਖਿਓ, ਮੈਂ ਹਵੇਲੀ ਆਇਆ ਹੋਇਆ, ਮਤਲਬ ਬਾਦਲ ਦੀ ਹਵੇਲੀ ਨਹੀਂ, ਇਹ ਸਾਡੀ ਡੰਗਰਾਂ ਦੀ ਹਵੇਲੀ ਹੈ, ਮਤਲਬ ਕਿ ਜਿੱਥੇ ਮੱਝਾਂ ਮੁੱਝਾਂ ਹੁੰਦੀਆਂ ਨੇ ਉਹਲੀ ਹਵੇਲੀ 'ਚ ਆਇਆ ਹੋਇਆ ਅੱਜ। ਸੋ ਮੈਂ ਕਿਹਾ ਵੀਡੀਓ ਬਣਾਉਣੀ ਚਾਹੀਦੀ, ਸੋ ਅੱਜ ਵੀਡੀਓ ਬਣਾ ਦਿੰਦੇ ਹਾਂ। ਸੋ ਮੇਨ ਇਹੀ ਟੋਪਿਕ ਆ ਕਿ ਹਾਂ ਅੱਜ ਇੰਨੇ ਪੈਸਿਆਂ 'ਚ ਕੰਮ ਬਣ ਜਾਂਦਾ। ਨੋਰਮਲੀ ਜੇ ਤੁਸੀਂ ਚਾਹੋ ਤਾਂ ਲਾ ਲਓ, ਜਿਹੜਾ ਬੰਦਾ ਪੇਪਰ ਅਪਲਾਈ ਕਰਦਾ ਉਹਦੇ ਘੱਟ ਪੈਸੇ ਲੱਗਦੇ ਆ, ਅਪਲਾਈ ਕਰਨ 'ਚ ਲਾ ਲਓ 16 ਜਾਂ 20 ਹਜ਼ਾਰ ਰੁਪਏ ਲੱਗਦਾ ਆ। ਬਾਅਦ ਵਿੱਚ ਜਿਹੜੇ ਪੈਸੇ ਅਮਾਊਂਟ ਲਾ ਲਓ ਤੁਸੀਂ ਟੈਕਸ ਪੇ ਕਰਨਾ ਹੈ, ਤੁਸੀਂ ਪੇਪਰ ਰੀਨਿਊ ਕਰਨਾ, ਉਹਦੇ ਵਿੱਚ ਜਾਣ ਪਹੁੰਚਾ ਕੇ 5-6 ਲੱਖ ਰੁਪਏ ਤੁਹਾਡਾ ਪਹੁੰਚ ਜਾਂਦਾ, ਕਿਉਂਕਿ ਹਰ ਮਹੀਨੇ 'ਚ ਵੀ ਲਗਭਗ 300-400 ਜੋ ਟੈਕਸ ਪੇ ਕਰਨਾ ਪੈਂਦਾ ਤੁਹਾਨੂੰ। ਕਈ ਮਾਲਕ ਵੱਧ ਕਰਦੇ, 500 ਟੈਕਸ ਪੇ ਕਰਦੇ, ਕੋਈ 600 ਟੈਕਸ ਪੇ ਕਰਦਾ ਆ, ਉਸੇ ਨਾਲ ਹੀ ਤੁਸੀਂ ਪੇਪਰ ਰੀਨਿਊ ਕਰ ਸਕਦੇ ਹੋ। ਬਾਕੀ ਤੁਹਾਡੀ ਮਰਜ਼ੀ ਹੁੰਦੀ, ਜੇ ਤੁਸੀਂ ਪੇਪਰ ਰੀਨਿਊ ਨਹੀਂ ਕਰਾਉਣਾ ਚਾਹੁੰਦੇ ਹੋ, ਲਾ ਲਓ ਤੁਸੀਂ ਇਟਲੀ ਵਿੱਚ ਆਪਣੀ ਇੰਟਰੀ ਕਰਾ ਕੇ ਸਪੇਨ, ਪੁਰਤਗਾਲ, ਹੋਰ ਕੋਈ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ, ਤਾਂ ਲਾ ਲਓ ਫਿਰ ਤੁਹਾਡਾ ਸਿਰਫ 1-2 ਲੱਖ ਰੁਪਏ ਲੱਗਦਾ ਹੈ, ਮਤਲਬ ਕਿ ਉਹਨਾਂ ਦੀਆਂ ਦਿਹਾੜੀਆਂ ਮਾਰ ਕੇ ਜਿਹਨਾਂ ਪੇਪਰ ਅਪਲਾਈ ਕਰਨੇ, ਜਾਂ ਜਿੰਨੇ ਕੋਈ ਤੁਸੀਂ ਤੁਹਾਡਾ ਰਿਸ਼ਤੇਦਾਰ ਆ ਉਹ ਵੀ ਕੁਛ ਪੈਸੇ ਲਏਗਾ, ਕਿਉਂਕਿ ਉਹਨੇ ਅੱਗੇ ਪਿੱਛੇ ਜਾਣਾ ਹੋਊਗਾ, ਇੰਨੇ ਕੁ ਪੈਸੇ ਲੱਗਦੇ ਨੇ ਬਾਅਦ 'ਚ। ਬਾਕੀ ਕਿਸਮਤ ਵੀ ਹੁੰਦੀ ਹੈ, ਕਿਉਂਕਿ ਜਿਹੜੇ ਤੁਸੀਂ ਪਹਿਲਾਂ ਪੈਸੇ ਦਿੰਦੇ ਹੋ 16-20 ਹਜ਼ਾਰ ਰੁਪਇਆ, ਉਹ ਤੁਹਾਡਾ ਕਦੇ ਵਾਪਸ ਨਹੀਂ ਆ ਸਕਦਾ, ਕਿਉਂਕਿ ਨਾ ਉਹ ਕਿਸੇ ਦੀ ਜੇਬ ਵਿੱਚ ਜਾਂਦਾ, ਉਹ ਸਿਰਫ ਗੌਰਮੈਂਟ ਕੋਲ ਜਾਂਦਾ ਹੈ, ਉਹਦੇ ਤੁਸੀਂ ਪੇਪਰ ਅਪਲਾਈ ਕੀਤੇ ਹੁੰਦੇ ਆ 16 ਯੂਰੋ ਦੀ, ਬੋਲੋ ਇੱਕ ਟਿਕਟ ਲੱਗਦੀ 16 ਯੂਰੋ ਦੀ, ਕੁਛ ਉੱਥੇ ਵੀ ਪੈਸੇ ਲੈਂਦੇ ਹੋਣ, ਕਿਉਂਕਿ ਮੈਂ ਖੁਦ ਆਪ ਕਦੇ ਪੇਪਰ ਅਪਲਾਈ ਨਹੀਂ ਕੀਤੇ, ਜੁਰਮੇ ਸੁਣਿਆ ਇੰਨਾ ਹੁੰਦਾ ਕਿ 16-20 ਹਜ਼ਾਰ ਵਿੱਚ ਪੇਪਰ ਅਪਲਾਈ ਹੋ ਜਾਂਦੇ ਨੇ, ਬਾਕੀ ਪੈਸੇ ਬਾਅਦ ਵਿੱਚ ਹੀ ਹੁੰਦੇ ਨੇ ਜਿਹੜੇ ਵੀ ਹੁੰਦੇ ਆ। ਸੋ 40 ਹਜ਼ਾਰ, 1 ਲੱਖ, 1.5 ਲੱਖ ਦੇਣਾ ਬੇਵਕੂਫੀ ਆ। ਜੇ ਤੁਹਾਡਾ ਕੋਈ ਏਜੰਟ ਆ, ਕੋਈ ਰਿਸ਼ਤੇਦਾਰ ਉਹਦਾ ਕਹਿ ਰਿਹਾ ਕਿ ਪਹਿਲਾਂ ਮੈਨੂੰ 40 ਹਜ਼ਾਰ ਦੇ ਜਾਂ ਲੱਖ ਦੇ, ਉਹਨੂੰ ਤੁਸੀਂ ਮੇਰੀ ਵੀਡੀਓ ਦਿਖਾ ਦਿਓ ਜਾਂ ਇੰਸਟਾਗ੍ਰਾਮ 'ਤੇ ਮੈਨੂੰ ਗੱਲ ਕਰਾ ਸਕਦੇ ਹੋ, ਜਾਂ ਮੇਰੇ ਨੰਬਰ 'ਤੇ ਤੁਸੀਂ ਮੈਨੂੰ ਫੋਨ 'ਤੇ ਗੱਲ ਕਰ ਸਕਦੇ ਹੋ। ਮੇਰਾ ਨੰਬਰ ਹੈਗਾ ਆ 9872-1227, ਇਹੀ ਆ 9872-1227। ਇਹ ਹੁਣ ਮੈਂ ਤਾਂ ਨੰਬਰ ਦੇ ਰਿਹਾ ਕਿਉਂਕਿ ਕੁਛ ਟਾਈਮ ਲਈ ਹੀ ਇਹ ਨੰਬਰ ਚੱਲਣਾ ਆ, ਬਾਅਦ 'ਚ ਇਹ ਨੰਬਰ ਬੰਦ ਹੋ ਜਾਣਾ ਮੇਰਾ। ਸੋ ਜੇ ਤੁਸੀਂ ਅੱਜ ਵੀਡੀਓ ਦੇਖ ਰਹੇ ਹੋ ਤਾਂ ਮੇਰੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ, ਕੋਲ ਕਰ ਸਕਦੇ ਹੋ, ਤਾਂ ਅਸੀਂ ਪੇਪਰ ਅਪਲਾਈ ਤਾਂ ਨਹੀਂ ਕਰਾ ਸਕਦੇ, ਪਰ ਤੁਹਾਨੂੰ ਕੋਈ ਨਾ ਕੋਈ ਬੰਦਾ ਆਪਾਂ ਲੱਭ ਕੇ ਦੇਵਾਂਗੇ ਜੋ ਕਿ ਤੁਹਾਡੇ ਪੇਪਰ ਅਪਲਾਈ ਕਰੇਗਾ, ਬਾਕੀ ਸਾਰੇ ਪੈਸੇ ਤੁਹਾਡੇ ਬਾਅਦ 'ਚ ਲਏਗਾ। ਸੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਲਾਈਕ, ਕਮੈਂਟ, ਸ਼ੇਅਰ ਵੀ ਕਰ ਦਿਓ, ਭੁੱਲਿਓ ਨਾ, ਮੈਂ ਨਹੀਂ ਕਿਹਾ ਤਾਂ ਤੁਸੀਂ ਕਰਨਾ ਉਹਨੇ।